ਪਹਿਲਾਂ ਤਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਬੀਬਾ ਜੀ ਨੂੰ ਲੰਮੀ ਉਮਰ ਕੌਮ ਦੀ ਸੇਵਾ ਕਰਨ ਦਾ ਮੌਕਾ ਦੇ, ਨਾਲ ਹੀ ਬੀਬਾ ਜੀ ਨੂੰ ਬਹੁਤ ਬਹੁਤ ਵਧਾਈ ਦੇਵਾਂਗੇ ਜਿਹੜੇ ਜਿੱਥੇ ਅੱਜ ਉਹਨਾਂ ਦਾ ਜਨਮ ਦਿਨ ਹੈ ਉੱਥੇ ਇੰਨੇ ਸਾਲਾਂ ਤੋਂ ਲੰਬੀ ਸ਼ਾਨ ਦੇ ਇਹ ਮੁਹਿੰਮ ਚਲਾ ਰਹੇ ਹੈ ਅਤੇ ਉੱਥੇ ਵੀ ਅੱਜ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਸਿੱਟੇ ਉਲਟਾ ਪ੍ਰਸ਼ਾਦ ਮਿਲੇ ਗਏ ਹੈ ਤਾਂ ਕਿ ਜਿਹੜਾ ਅੱਜ ਵਾਤਾਵਰਨ ਦਾ ਹਾਲਾਤ ਹੈ ਐਤਕੀ ਜਿਹੜੀ ਗਰਮੀ ਸੀ ਮਤਲਬ ਸਾਰੇ ਰਿਕਾਰਡ ਤੋੜ ਗਈ ਅਤੇ ਜਿੰਨਾ ਚਿਰ ਆਪਾਂ ਵੱਧ ਤੋਂ ਵੱਧ ਪੌਦੇ ਨਹੀਂ ਲਾਉਂਦੇ ਜਾਂ ਵਾਤਾਵਰਨ ਦਾ ਧਿਆਨ ਨਹੀਂ ਰੱਖਦੇ ਉਹਨਾਂ 'ਚ ਕੁਛ ਨਹੀਂ ਹੋ ਸਕਦਾ ਅਤੇ ਜਿੰਨੀ ਸਾਰੀ ਸੰਗਤ ਨੂੰ ਅਪੀਲ ਵੀ ਕਰਦੇ ਹਾਂ ਸਾਰੇ ਲਾਓ ਵੀ ਅਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਸਾਡੀ ਜਿਹੜੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਹਨਾਂ ਦਾ ਜਨਮ ਦਿਨ ਹੈ ਤੇ ਇੱਥੇ ਮਾਨਸਾ ਦਫ਼ਤਰ ਵਿੱਚ ਸਾਰੀ ਸ਼੍ਰੋਮਣੀ ਅਕਾਲੀ ਦਲ ਟੀਮ ਵੱਲੋਂ ਬੀਬਾ ਜੀ ਦਾ ਜਨਮ ਬੜੀ ਧੂਮਧਾਮ ਨਾਲ ਮਨਾਇਆ ਗਿਆ ਹੈ ਤੇ ਬੂਟਿਆਂ ਦਾ ਜਿਹੜਾ ਉਹਨਾਂ ਨੇ ਭੁੱਖ ਤੇ ਰੁੱਖ ਨੂੰ ਬਚਾਉਣ ਵਾਲਾ ਜਿਹੜਾ ਉਹਨਾਂ ਨੇ ਨਾਰਾ ਦਿੱਤਾ ਹੋਇਆ ਤੇ ਉਹ ਉਸ ਚੀਜ਼ ਤੇ ਚੱਲ ਵੀ ਰਹੇ ਨੇ। ਰਾਜਨੀਤਿਕ ਸੋਚ ਤੋਂ ਉੱਪਰ ਉੱਠ ਕੇ ਉਹ ਜਿਹੜੀ ਸਮਾਜਿਕ ਸੇਵਾ ਕਰ ਰਹੇ ਨੇਗੇ ਉਸਦਾ ਮਤਲਬ ਬਹੁਤ ਸਾਨੂੰ ਮਾਣ ਹੈ ਤੇ ਉਸ ਚੀਜ਼ ਤੇ ਅਸੀਂ ਚੱਲਦੇ ਹੋਏ ਅੱਜ ਬੂਟਿਆਂ ਦਾ ਜਿਹੜਾ ਹੈਗਾ ਸਾਰਿਆਂ ਨੂੰ ਮਤਲਬ ਵੰਡੇ ਨੇਗੇ ਤੇ ਆਪੋ ਆਪਦੇ ਪਿੰਡਾਂ ਵਿੱਚ ਜਾ ਕੇ ਵਰਕਰ ਬੂਟੇ ਵੀ ਲਾਉਣਗੇ ਤੇ ਜ਼ਰੂਰਤ ਵੀ ਅੱਜ ਦੀ ਜਿਹੜੀ ਗਰਮੀ ਨੂੰ ਦੇਖਦੇ ਹੋਏ ਤੇ ਸਾਨੂੰ ਬੜਾ ਮਾਣ ਹੈ। ਬੀਬਾ ਜੀ ਨੇ ਇੱਥੋਂ ਬਠਿੰਡੇ ਮਾਨਸੇ ਦਾ ਮਾਣ ਆ, ਔਰਤਾਂ ਦਾ ਮਾਣ ਆ, ਜਿਵੇਂ ਕਿਸੇ ਵੀ ਪਾਰਟੀ ਵਿੱਚ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਬੀਬਾ ਜੀ ਵਰਗੇ ਨਿਡਰ, ਬੀਬਾ ਜੀ ਵਰਗੇ ਸੇਵਾ ਕਰਨ ਵਾਲੇ, ਬੀਬਾ ਜੀ ਵਰਗੇ ਸਮਾਜ ਸੇਵੀ ਹੈ ਨਹੀਂ ਗੇ। ਪਹਿਲਾਂ ਮੈਂ ਕਦੇ ਨਹੀਂ ਦੇਖੀ ਕੋਈ ਔਰਤ ਤੇ ਨਾ ਹੀ ਮੈਨੂੰ ਲੱਗਦਾ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਣਾ, ਕਿਉਂਕਿ 4 ਵਾਰ MP ਦੀ ਸੀਟ ਤੇ ਉਹਨਾਂ ਨੇ ਮਤਲਬ ਜਿੱਤ ਇੰਨੀ ਵਧੀਆ ਹਾਸਲ ਕੀਤੀ ਆ। ਦਿਲਾਂ ਵਿੱਚ ਲੋਕਾਂ ਦੇ ਵਿੱਚ ਬਹੁਤ ਵੱਡਾ ਪਿਆਰ ਆ। ਬੀਬਾ ਦੀ ਜਿਹੜੀ ਸੋਚ ਹੈਗੀ ਉਸ ਸੋਚ ਨੂੰ ਅਸੀਂ ਉਸ ਰਸਤੇ ਤੇ ਅਸੀਂ ਵੀ ਚੱਲ ਰਹੇ ਹਾਂ ਤੇ ਮੈਂ ਬੀਬਾ ਜੀ ਨੂੰ ਬਹੁਤ ਬਹੁਤ ਵਧਾਈ ਦੇ ਰਹੀ ਹਾਂ ਉਹਨਾਂ ਦੇ ਜਨਮ ਦਿਨ ਤੇ। ਮੇਰੀ ਸਾਰੀ ਇਸਤਰੀ ਅਕਾਲੀ ਦਲ ਮਾਨਸਾ ਦੀ ਸਾਰੀ ਟੀਮ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਆ ਤੇ ਅਸੀਂ ਉਹਨਾਂ ਦੇ ਜਨਮ ਦਿਨ ਨੂੰ ਏਦਾਂ ਹਰਿਆ ਭਰਿਆ ਮਤਲਬ ਜਿਹੜਾ ਸਮਾਜ ਹੈ ਆਪਣਾ ਉਹ ਬਣਾ ਕੇ ਮਨਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ। ਮੈਂ ਸਮਝਦਾ ਸਾਡੇ ਵਾਸਤੇ ਬੜੇ ਮਾਣ ਵਾਲੀ ਗੱਲ ਹੈ, ਅਸੀਂ ਉਸ ਬੀਬਾ ਦੀ ਅਗਵਾਈ ਦੇ ਵਿੱਚ ਜਿੱਥੇ ਜਥੇਬੰਦਕ ਤੌਰ ਤੇ ਪਾਰਟੀ 'ਚ ਕੰਮ ਕਰਦੇ ਹਾਂ, ਉੱਥੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਲੋਕਾਂ 'ਚ ਵਿਚਰਦੇ ਹਾਂ। ਜੋ ਬੀਬਾ ਗੁਰੂ ਨਾਨਕ ਦੇਵ ਮਹਾਰਾਜ ਦੇ ਦੱਸੇ ਤੇ ਫਲਸਫੇ ਤੇ ਚੱਲ ਕੇ ਆਪਣਾ ਧਾਰਮਿਕ ਜੀਵਨ, ਰਾਜਨੀਤਿਕ ਜੀਵਨ, ਸਮਾਜਿਕ ਜੀਵਨ ਹਰ ਇੱਕ ਪੱਖ ਤੋਂ ਉਹਨਾਂ ਨੇ ਸਮਾਜ ਦੇ ਵਿੱਚ ਇੱਕ ਗੁਰਸਿੱਖ ਲੇਡੀ ਹੋਣ ਦੇ ਨਾਂ ਤੇ ਸਮਾਜ ਦੀ ਭਲਾਈ ਵਾਸਤੇ, ਸਮਾਜ ਨੂੰ ਸੇਧ ਦੇ ਹੋਣ ਵਾਸਤੇ ਇਹ ਸਾਬਤ ਕੀਤਾ, ਕਿਉਂਕਿ ਮੈਥੋਂ ਪਹਿਲਾਂ ਗੱਲਾਂ ਹੋਈਆਂ ਜਿੱਥੇ ਨੰਨੀ ਤਾਂ ਮੁਹਿੰਮ ਚਲਾਈ, ਉੱਥੇ ਰੁੱਖ ਲਾਉਣ ਦੀ ਮੁਹਿੰਮ ਵੀ ਚਲਾਈ ਅਤੇ ਜੋ ਮੈਂਬਰ ਪਾਰਲੀਮੈਂਟ ਬਣ ਕੇ ਉਹਨਾਂ ਨੇ ਜੋ ਇਲਾਕੇ ਵਾਸਤੇ, ਪੰਜਾਬ ਵਾਸਤੇ, ਦੇਸ਼ ਵਾਸਤੇ ਘਾਲਣਾ ਘਾਲੀਆਂ ਨੇ ਉਹ ਇੱਕ ਮਿਸਾਲ ਹੈ ਕਿ ਪੂਰੀ ਪਾਰਲੀਮੈਂਟ ਦੇ ਵਿੱਚ ਜਿੱਥੇ ਉਹਨਾਂ ਨੂੰ ਹਰ ਵਾਰ ਬੈਸਟ MP ਚੁਣਿਆ ਜਾਂਦਾ ਹੈ ਉੱਥੇ ਮੁੱਦੇ ਉਠਾਉਣ ਵਾਸਤੇ ਨਿਡਰ ਹੋ ਕੇ, ਨਿਰਭਉ ਹੋ ਕੇ, ਨਿਡਰ ਹੋ ਕੇ ਹਮੇਸ਼ਾ ਪਾਰਲੀਮੈਂਟ ਦੇ ਵਿੱਚ ਜਿਵੇਂ ਕਹਿ ਦਿੰਦੇ ਆ ਕੁੱਝੇ 'ਚ ਸਮੁੰਦਰ ਬੰਨ ਕਰਨ ਵਾਲੀ ਗੱਲ, ਚਾਹੇ 2 ਮਿੰਟ ਬੋਲਣ ਚਾਹੇ 7 ਮਿੰਟ ਬੋਲਣ, ਸਮਾਜ ਦੇ ਹਰ ਇੱਕ ਵਰਗ ਦੀ ਗੱਲ ਜਿੱਥੇ ਦੇਸ਼ ਦੀ ਪਾਰਲੀਮੈਂਟ 'ਚ ਰੱਖਦੇ ਹੈ ਉੱਥੇ ਹੁਕਮਰਾਨਾਂ ਨੂੰ ਹਲੂਣਾ ਦਿੰਦੇ ਹੈ ਕਿ ਤੁਸੀਂ ਦੇਸ਼ ਦੇ ਵਿੱਚ ਪੰਜਾਬ ਖਿੱਤੇ ਨਾਲ ਕਿਸ ਤਰ੍ਹਾਂ ਧੱਕਾ ਕਰ ਰਹੇ ਹੋ, ਕਿਸਾਨੀ ਨਾਲ, ਵਪਾਰ ਨਾਲ, ਮਜ਼ਦੂਰ ਨਾਲ, ਸਿੱਖ ਕੌਮ ਨਾਲ। ਮੈਂ ਸਮਝਦਾ ਅੱਜ ਫਿਰ ਮੈਂ ਜਿੱਥੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜਨਮ ਦਿਨ ਦੀ ਵਧਾਈ ਦਿੰਦਾ ਉੱਥੇ ਮਾਣ ਮਹਿਸੂਸ ਕਰਦਾ ਕਿ ਇਹ ਜੀ ਯੋਗ ਬੀਬੀ ਦੀ ਅਗਵਾਈ ਦੇ ਵਿੱਚ ਅਸੀਂ ਵਿਚਰ ਕੇ ਸਮਾਜ ਦੀ ਸੇਵਾ ਕਰ ਰਹੇ ਹਾਂ। ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਜਨਮ ਦਿਨ
ਹਰ ਇੱਕ ਇਨਸਾਨ ਨੂੰ ਮਨਾਉਣਾ ਚਾਹੀਦਾ ਹੈ ਲੋਕ ਸਭਾ ਬਠਿੰਡਾ ਦੇ ਵਿੱਚ, ਮੈਂ ਕਹਿੰਦਾ ਪੰਜਾਬ ਦੇ ਵਾਸੀਆਂ ਨੂੰ ਵੀ, ਜੋ ਇਹਨਾਂ ਨੇ ਦੇਣ ਸਮਾਜ ਨੂੰ ਦਿੱਤੀ ਹੈ। ਇਹਨਾਂ ਨੇ ਆਪਣੇ ਜੀਵਨ ਦੇ ਵਿੱਚ 20 ਸਾਲ ਮਤਲਬ ਇਹ ਮੈਂਬਰ ਪਾਰਲੀਮੈਂਟ ਰਹਿਣ ਦੀ ਗੱਲ ਤਸਦੀਕ ਹੋ ਚੁੱਕੀ ਹੈ, ਚੌਥੀ ਵਾਰੀ ਮੈਂਬਰ ਪਾਰਲੀਮੈਂਟ ਜਿੱਤੇ ਨੇ। ਇਹਨਾਂ ਨੇ ਇੱਕ ਸਮਾਜ ਦੇ ਵਿੱਚ ਸੇਧ ਦੇਣ ਵਾਸਤੇ ਨੰਨੀ ਛਾਂ ਦਾ ਪ੍ਰੋਜੈਕਟ ਲਾਇਆ ਸੀ। ਉਸ ਪ੍ਰੋਜੈਕਟ ਦੇ ਰਾਹੀਂ ਪਿਛਲੇ 16 ਸਾਲਾਂ ਦੇ ਵਿੱਚ 26 ਲੱਖ ਰੁੱਖ ਹੈ ਜਿਹੜੇ ਵਾਤਾਵਰਨ ਦੀ ਸ਼ੁੱਧਤਾ ਲਈ ਲਾਏ ਜਾ ਚੁੱਕੇ ਆ, ਜਿਹੜੇ ਸਾਨੂੰ ਜਦੋਂ ਹਵਾ ਦਿੰਦੇ ਆ ਕੋਈ ਨੀ ਦੇਖਦੇ ਵੀ ਇਹ ਅਕਾਲੀਆਂ ਨੂੰ ਹਵਾ ਜਾਣੀ ਹੈ, ਕਾਂਗਰਸੀਆਂ ਨੂੰ ਜਾਣੀ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਾਣੀ ਹੈ, ਸਭ ਦਾ ਸਾਂਝਾ ਕੰਮ ਹੁੰਦਾ। ਔਰ ਪਿੰਡਾਂ ਦੇ ਵਿੱਚ ਸਾਡੇ ਨੰਨੀ ਛਾਂ ਪ੍ਰੋਜੈਕਟ ਦੇ ਰਾਹੀਂ ਸਿਲਾਈ ਸੈਂਟਰ ਖੋਲ੍ਹੇ ਗਏ ਸੀਗੇ। ਲੱਖਾਂ ਬੇਰੁਜ਼ਗਾਰ ਬੇਟੀਆਂ ਜਿਹੜੀਆਂ ਪੜ੍ਹ ਲਿਖ ਕੇ ਘਰੇ ਬੈਠੀਆਂ ਸੀਗੀਆਂ ਔਰ ਉਹਨਾਂ ਕੋਲ ਕੋਈ ਰੁਜ਼ਗਾਰ ਨਹੀਂ ਸੀ, ਉਹਨਾਂ ਨੂੰ ਰੁਜ਼ਗਾਰ ਦੇ ਯੋਗ ਬੀਬਾ ਜੀ ਨੇ ਬਣਾਇਆ। ਔਰ ਉਹਦੇ 'ਚ ਕਦੇ ਕਿਸੇ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਹੀ ਗਈ ਵੀ ਸਹੁੰ ਖੁਆਈ ਗਈ ਹੋਵੇ ਵੀ ਤੁਸੀਂ ਸਾਨੂੰ ਵੋਟ ਪਾਓਗੇ ਤਾਂ ਅਸੀਂ ਤੁਹਾਨੂੰ ਸਿਲਾਈ ਸਿਖਾਵਾਂਗੇ। ਜਿਹੜਾ ਵੀ ਲੋੜਵੰਦ ਆਇਆ ਬਿਨਾਂ ਕਿਸੇ ਭੇਦਭਾਵ ਤੋਂ ਉਹਨਾਂ ਨੇ ਕੰਮ ਕੀਤਾ। ਔਰ ਬੀਬਾ ਜੀ ਦਾ ਇਹ ਰਿਕਾਰਡ ਹੈ ਰਾਜਨੀਤੀ ਦੇ ਵਿੱਚ, ਪਿਛਲੇ 3 ਪਲਾਨ ਉਹ ਕਰ ਚੁੱਕੇ ਔਰ ਚੌਥੇ ਵਾਰੀ ਮੈਂਬਰ ਪਾਰਲੀਮੈਂਟ ਬਣੇ ਆ। ਇਹਨਾਂ ਨੇ ਰਾਜਨੀਤਿਕ ਕੜੱਤਣ ਕਿਸੇ ਨਾਲ ਨਹੀਂ ਰੱਖੀ, ਜੋ ਲੋਕਾਂ ਨੇ ਸੇਵਾ ਦਿੱਤੀ ਹੈ ਉਹਨਾਂ ਨੂੰ ਇਹਨਾਂ ਨੇ ਬਿਨਾਂ ਕਿਸੇ ਭੇਦਭਾਵ ਤੋਂ ਨਿਭਾ ਰਹੇ ਹੈ, ਚਾਹੇ ਉਹ ਵਿਕਾਸ ਦੀ ਗੱਲ ਹੈ, ਏਮਸ ਬਣਾਇਆ, ਥਰਮਲ ਬਣਾਇਆ, ਉੱਥੇ ਕੋਈ ਨਹੀਂ ਪੁੱਛਦਾ ਵੀ ਤੁਸੀਂ ਕਿਹਦੇ ਬੰਦੇ ਹੋ। ਨਹੀਂ ਤਾਂ ਅਕਸਰ ਹੁੰਦਾ ਰਾਜਨੀਤਿਕ ਲੋਕਾਂ ਦੇ ਜਿਹੜੇ ਕੰਮ ਹੁੰਦੇ ਉਹਨਾਂ 'ਚ ਭੇਦਭਾਵ ਦੇਖੇ ਜਾਂਦੇ ਆ। ਔਰ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਅਸੀਂ ਰਹਿੰਦੇ ਹਾਂ ਕਿ ਬੀਬਾ ਜੀ ਸਾਡੇ ਮੈਂਬਰ ਪਾਰਲੀਮੈਂਟ ਨੇ, ਅਸੀਂ ਇਹਨਾਂ ਦਾ ਜਿਹੜਾ ਜਨਮ ਦਿਨ ਮਨਾ ਕੇ ਅੱਜ ਖੁਸ਼ੀ ਮਨਾ ਰਹੇ ਹਾਂ। ਔਰ ਕੋਸ਼ਿਸ਼ ਕਰਾਂਗੇ ਕਿ ਜੋ ਉਹਨਾਂ ਨੇ ਪਾਏ ਪੂਰਨੇ ਉਹਨਾਂ 'ਤੇ ਚੱਲ ਸਕੀਏ। ਅਸੀਂ ਵੀ ਜਿਹੜੇ ਅੱਜ ਜਿਹੜਾ ਬੂਟਿਆਂ ਦਾ ਪ੍ਰਸ਼ਾਦ ਹੈ, ਸਾਰੀ ਜਥੇਬੰਦੀ, ਜ਼ਿਲ੍ਹਾ ਜਥੇਬੰਦੀ ਸਾਡੀ ਇਕੱਠੇ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ, ਅਸੀਂ ਪਿੰਡਾਂ ਦੇ ਵਿੱਚ ਪਹੁੰਚਾ ਰਹੇ ਹਾਂ ਅਤੇ ਸਾਡੇ ਵਰਕਰ ਹੈ ਜਿਹੜੇ ਇਹ ਬੂਟੇ ਲਾਉਣਗੇ, ਅਤੇ ਇਹ ਇੱਕ ਸਾਡੇ ਵੱਲੋਂ ਬੀਬਾ ਜੀ ਦੇ ਜਨਮ ਦਿਨ 'ਤੇ ਛੋਟਾ ਜਿਹਾ ਉਪਰਾਲਾ।